ਕੈਮਰੇ ਦੇ ਪਿੱਛੋਂ ਹੱਥ ਚੱਕ ਕਰੇ ਦੇਖਦਾ, ਮੈਨੂੰ ਨਹੀਂ ਪਤਾ। ਇਹ ਬਠਿੰਡਾ ਰੋਡ ਤੇ ਨਾਲੇ ਦੇ ਵਿੱਚ ਰਾਤ ਗੱਡੀ ਡਿੱਗ ਪਈ ਧੁੰਦ ਦੇ ਵਿੱਚ, ਡਰਾਈਵਰ ਨੂੰ ਪਤਾ ਨਹੀਂ ਲੱਗਿਆ, ਸਿੱਧਾ ਸਿੱਧਾ ਨਾਲੇ ਦੇ ਵਿੱਚ ਉਤਰ ਗਈ ਗੱਡੀ। ਮੈਨੂੰ ਗੱਡੀ ਨੂੰ ਕੱਢਦੇ ਹਾਂ, ਖਿੱਚ ਲਓ ਵੀ, ਖਿੱਚ ਲਓ ਨਿਕਲ ਗਈ। ਡਰਾਈਵਰ ਅਤੇ ਕਲੈਂਡਰ ਦੀ ਬੱਚਤ ਰਹਿ ਗਈ, ਬਚ ਗਏ, ਬਚ ਲੋ ਹਾਕ ਨੜ ਗਿਆ। ਇਹਨਾਂ ਨੂੰ ਬਾਅਦ 'ਚ ਕੱਢਣੀਆਂ ਪੈਣਗੀਆਂ, ਉਹ ਕਮਾਣੀਆਂ ਵਿੱਚ ਕਮਾਣ ਸਾਰਾ ਕੁਝ ਤਾਂ ਵਿੱਚ ਪਿਆ, ਨੰਬਰ ਪਲੇਟ ਆ ਦੇ ਪਈ। ਹੁਣ 1,00,000 ਰੁਪਈਆ ਤਾਂ ਉਈ ਲੱਗ ਜਾਣਾ, 2,50,000 ਰੁਪਈਆ ਤਾਂ ਕਮਾਉਣੀਆਂ ਪੈਣਗੀਆਂ। ਹਾਂ, ਇੰਜਣ ਗਿਆ 5,00,000 ਦਾ ਘੱਟੋ ਘੱਟ, ਇੰਜਣ 10,00,000 ਦਾ, 10,00,000 ਲੋਨ ਲੈਣਗੇ ਫਿਰ ਇੱਥੇ। ਆ ਜਾ, ਹੁਣ ਤਾਂ ਉਤਰਿਆ ਆ, ਗੱਡੀ ਕਿੰਨੇ ਜ਼ੋਰ ਨਾਲ ਵੱਜੀ, ਉਹ ਇੱਥੇ ਗੱਡੀ ਵੱਜੀ ਅਤੇ ਗੱਡੀ ਦਾ ਸਮਾਨ ਉਹ ਉੱਥੇ ਗਿਆ, ਇੱਕ ਟਾਇਰ ਗੱਡੀ ਦਾ ਟੁੱਟ ਕੇ ਉੱਧਰ ਗਿਆ, ਤਾਂ ਬਾਕੀ ਸਾਰਾ ਸਮਾਨ ਜੂਮ ਕਰਕੇ ਦਿਖਾਉਣਾ ਵਿੱਚ ਹੀ ਪਿਆ। ਆਹ ਗੱਡੀ ਦੀ ਨੰਬਰ ਪਲੇਟ ਪਈ ਆ, ਇੱਥੋਂ ਦੀ ਸਕੂਲ ਦੀ ਬਰਾਬਰ, ਆਹ ਗੱਡੀ ਦੀ ਨੰਬਰ ਪਲੇਟ ਆ। ਮੈਨੂੰ ਲੱਗਦਾ ਸਾਡਾ ਥੱਲੇ ਆ ਹੀ ਮਾਰਾ ਜੀ, ਹਾਂਜੀ ਬਠਿੰਡਾ ਰੋਡ ਕੱਚੇ ਲੈ ਕੇ ਜਾਂਦਾ ਨਾ ਡਰਾਈਵਰ, ਇਹ ਹੜ ਸਾਫ ਨਹੀਂ ਥੱਲੇ, ਇਹ ਇੱਥੇ ਚੱਕਣੀ ਪੈਣੀ ਹੈ ਨਾ।
ਅੱਖ ਚੱਕਣੀ ਮੇਰੇ ਜ਼ੀਰੋ ਇਹ ਕਾਸ ਕੀ ਥੱਲੇ ਉਹਦੇ ਇੰਜਣ ਥੱਲੇ ਲੱਗਦੇ ਉਸ ਨਾਲ ਗਾਰਾ ਗੁਰਾ ਜਿਹਾ ਸੀਗਾ।